ਸਭ ਤੋਂ ਪਹਿਲਾਂ ਜੀ ਮੇਰੇ ਚੈਨਲ ਤੇ ਆ ਕੇ ਮੇਰੀ ਵੀਡੀਓ ਨੂੰ ਦੇਖਣ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ। ਅੱਜ ਕੱਲ੍ਹ ਪੰਜਾਬ ਦੇ ਵਿੱਚ ਇੱਕ ਅਲੱਗ ਜਿਹਾ ਟ੍ਰੈਂਡ ਚੱਲ ਰਿਹਾ ਜੀ, ਆਪਾਂ ਛੋਟੇ ਬੱਚੇ ਨੂੰ ਕੈਨੇਡਾ ਭੇਜਣਾ, ਉਹਨਾਂ ਦੀ ਸਟੱਡੀ ਕੈਨੇਡਾ ਕਰਾਉਣੀ ਆ, ਕਿਉਂਕਿ ਕਿਤੇ ਨਾ ਕਿਤੇ ਸਾਡੇ ਮਨ 'ਚ ਚੋਰ ਬੈਠਾ ਹੁੰਦਾ ਕਿ ਹਾਂਜੀ ਭਾਜੀ ਬੱਚੇ ਨਾਲ ਜਾਣਗੇ ਤਾਂ ਮੈਂ ਵੀ ਨਾਲ ਜਾਣਾ, ਮੈਂ ਕੈਨੇਡਾ ਜਾਣਾ, ਮੈਂ ਕੈਨੇਡਾ ਜਾ ਕੇ ਸੈਟਲ ਹੋਣਾ। ਅਤੇ ਏਜੰਟ ਜਿਹੜੇ ਨੇ ਅੱਜ ਕੱਲ੍ਹ ਇਸ ਚੀਜ਼ ਦਾ ਬਹੁਤ ਫਾਇਦਾ ਚੁੱਕਦੇ ਆ ਕਿ ਹਾਂਜੀ ਇਹਨਾਂ ਨੂੰ ਜ਼ਰੂਰਤ ਹੈ, ਇਹਨਾਂ ਨੇ ਕੈਨੇਡਾ ਜਾਣਾ, ਅਤੇ ਮੈਂ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਫਸਾਵਾਂ। ਰੋਜ਼ ਨਾ ਰੋਜ਼ ਕੋਈ ਨਾ ਕੋਈ ਇੱਕ ਨਵੀਂ ਨਵੀਂ ਸਕੀਮ ਜਿਹੜੇ ਨੇ ਇੱਕ ਏਜੰਟ ਲੈ ਕੇ ਆਉਂਦੇ ਨੇ, ਜਿਨ੍ਹਾਂ 'ਚ ਇੱਕ ਸਕੀਮ ਜੋ ਚੱਲ ਰਹੀ ਹੈ ਉਹ ਹੈ ਜੀ ਕੈਨੇਡਾ ਸਕੂਲਿੰਗ ਵੀਜ਼ਾ। ਹਾਲਾਂਕਿ ਮੈਂ ਕਾਫੀ ਸਰਚ ਕੀਤਾ ਵੈਬਸਾਈਟ 'ਤੇ, ਇਹਨਾਂ ਦੀ ਆਪਣੀ ਵੈਬਸਾਈਟ 'ਤੇ ਇਮੀਗ੍ਰੇਸ਼ਨ 'ਤੇ, ਕੈਨੇਡਾ ਗੌਰਮੈਂਟ ਕੋਈ ਇਹੋ ਜਿਹਾ ਵੀਜ਼ਾ ਲਾਂਚ ਹੀ ਨਹੀਂ ਕੀਤਾ ਜਿਹਦਾ ਨਾਮ ਸਕੂਲਿੰਗ ਵੀਜ਼ਾ ਹੋਏ। ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਦੇ ਜਿਹੜੇ ਐਡਸ ਹੁੰਦੀਆਂ ਜਾਂ ਤੁਹਾਨੂੰ ਅਖਬਾਰਾਂ ਦੇ ਵਿੱਚ ਵੀ ਮਿਲ ਜਾਣਾ ਜੀ। ਬਾਕੀ ਚਲੋ ਆਪਾਂ ਗੂਗਲ ਨੂੰ ਓਪਨ ਕੀਤਾ, ਗੂਗਲ ਦੇ ਵਿੱਚ ਆਪਾਂ ਜੇ ਲਿਖਿਆ ਸਕੂਲਿੰਗ ਵੀਜ਼ਾ ਇਨ ਕੈਨੇਡਾ, ਤੁਸੀਂ ਇਮੇਜਸ 'ਤੇ ਕਲਿੱਕ ਕਰਿਓ, ਤੁਹਾਨੂੰ ਕਾਫੀ ਜ਼ਿਆਦਾ ਜਿਹੜੀਆਂ ਨੇ ਫੋਟੋਆਂ ਜਿਹੜੀਆਂ ਉਹ ਇਹਨਾਂ ਦੇ ਮਿਲ ਜਾਣੀਆਂ, ਕਿ ਜਿਹ 'ਚ ਤਕਰੀਬਨ 90% ਇੱਕੋ ਚੀਜ਼ ਨੂੰ ਪ੍ਰਮੋਟ ਕਰ ਰਿਹਾ ਜੀ, ਆਪਾਂ ਸਕੂਲ ਨੂੰ ਸਟੂਡੈਂਟ ਵੀਜ਼ਾ ਯਾਨੀ ਸਕੂਲਿੰਗ ਵੀਜ਼ਾ ਲਗਾਉਂਦੇ ਹਾਂ। ਹਾਲਾਂਕਿ ਇਹੋ ਜਿਹੀ ਕੋਈ ਚੀਜ਼ ਨਹੀਂ ਹੈਗੀ। ਚਲੋ ਕੋਈ ਨਹੀਂ, ਆਪਾਂ ਪੰਜਾਬ ਦੇ ਏਜੰਟ ਨਹੀਂ ਹੋ ਸਕਦੇ, ਇਹਨਾਂ ਦਾ ਕੈਨੇਡਾ ਗੌਰਮੈਂਟ ਦੇ ਨਾਲ ਕੋਈ ਸਿੱਧਾ ਕੋਈ ਰਿਲੇਸ਼ਨ ਹੋਏ ਅਤੇ ਉਹ ਚੀਜ਼ ਨੂੰ ਪ੍ਰਮੋਟ ਕਰਦੇ ਹੋ। ਚਲੋ ਆਪਾਂ ਇਹ ਚੀਜ਼ ਨੂੰ ਛੱਡਦੇ ਹਾਂ, ਅਸੀਂ ਜੀ ਇਹਨਾਂ ਦੀ ਆਪਣੀ ਅਫੀਸ਼ੀਅਲ ਵੈਬਸਾਈਟ 'ਤੇ ਸਰਚ ਕੀਤਾ, ਗੌਰਮੈਂਟ ਆਫ ਕੈਨੇਡਾ ਦੀ ਇਮੀਗ੍ਰੇਸ਼ਨ ਵੈਬਸਾਈਟ ਯਾਨੀ www.canada.ca ਯਾਨੀ ਇਹਨਾਂ ਦੀ ਆਪਣੀ ਵੈਬਸਾਈਟ ਹੈ, ਉਹਦੇ 'ਚ ਜੀ ਇੱਕ ਸਰਚ ਦਾ ਆਪਸ਼ਨ ਹੈ। ਜਦੋਂ ਵੀ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾਓ, ਯਾਨੀ ਕਿ ਮੈਂ ਤੁਹਾਨੂੰ ਦੱਸਦਾ ਗੂਗਲ ਉੱਤੇ ਜਾਓ ਕੈਨੇਡਾ ਸੀਏ, ਸਭ ਤੋਂ ਪਹਿਲੇ ਜਿਹੜੀ ਵੈਬਸਾਈਟ ਹੈ ਜੀ ਇੱਥੇ ਕਲਿੱਕ ਕਰੋ। ਹੁਣ ਤੁਹਾਡੇ ਕੋਲ ਆਹ ਵੈਬਸਾਈਟ ਦਾ ਹੋਮ ਪੇਜ ਹੈ, ਤੁਸੀਂ ਆਪਾਂ ਸਰਚ ਕਰ ਰਹੇ ਹਾਂ ਜੀ ਸਕੂਲਿੰਗ ਵੀਜ਼ਾ, ਆਪਾਂ ਇੱਥੇ ਸਰਚ ਕਰਦੇ ਹਾਂ ਜੀ, ਆਪਾਂ ਲਿਖਦੇ ਹਾਂ ਸਕੂਲਿੰਗ ਵੀਜ਼ਾ, ਜੇ ਕੋਈ ਵੀਜ਼ਾ ਹੋਏਗਾ ਤਾਂ ਇੱਥੇ ਜ਼ਰੂਰ ਆਏਗਾ। ਆਹ ਦੇਖੋ ਜੀ ਇੱਥੇ ਸਕੂਲਿੰਗ ਵੀਜ਼ਾ ਕੋਈ ਨਹੀਂ ਆਇਆ, ਇੱਥੇ ਆ ਮਾਈਨਰ ਵੀਜ਼ਾ, ਮਾਈਨਰ ਚਿਲਡਰਨ ਸਟੱਡੀ ਇਨ ਕੈਨੇਡਾ, ਯਾਨੀ ਕਿ ਇੱਕ ਵੀਜ਼ਾ ਜ਼ਰੂਰ ਹੈਗਾ ਜੋ ਸਕੂਲਿੰਗ ਵੀਜ਼ਾ ਨਹੀਂ ਹੈ, ਇੱਕ ਮਾਈਨਰ ਵੀਜ਼ਾ। ਮਾਈਨਰ ਵੀਜ਼ਾ ਹੁੰਦਾ ਕੀ ਹੈ ਅਸਲ ਦੇ ਵਿੱਚ, ਜੋ 18 ਸਾਲ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਕੈਨੇਡਾ ਦੇ ਵਿੱਚ ਮਾਈਨਰ ਗਿਣਿਆ ਜਾਂਦਾ, ਉਹ ਸਾਡੇ ਇੰਡੀਆ ਦੇ ਵਿੱਚ ਵੀ ਮਾਈਨਰ ਗਿਣਿਆ ਜਾਂਦਾ, ਉਹ ਜ਼ਰੂਰ ਉੱਥੇ ਪੜ੍ਹ ਸਕਦੇ ਹੈ, ਯਾਨੀ ਤੁਸੀਂ ਫਸਟ ਗ੍ਰੇਡ ਤੋਂ ਲੈ ਕੇ 9th ਗ੍ਰੇਡ ਤੱਕ ਦੇ ਬੱਚੇ ਨੂੰ ਭੇਜ ਸਕਦੇ ਹੋ, ਪਰ ਉਹਨਾਂ ਦੇ ਵੀ ਕੁਛ ਰਿਕੁਆਇਰਮੈਂਟਸ, ਕੁਛ ਸਪੈਸ਼ਲ ਰਿਕੁਆਇਰਮੈਂਟਸ ਹੁੰਦੀਆਂ। ਆਹ ਦੇਖੋ ਜੀ ਕੈਨੇਡਾ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਜੇ ਤੁਸੀਂ ਇੱਕ ਮਾਈਨਰ ਚਾਈਲਡ ਨੂੰ ਭੇਜ ਰਹੇ ਹੋ ਜੀ ਸਾਡੇ ਕੈਨੇਡਾ, ਤੁਹਾਨੂੰ ਦੋ ਚੀਜ਼ਾਂ ਚਾਹੀਦੀਆਂ, ਜਾਂ ਤਾਂ ਇੱਕ ਪੇਰੈਂਟ ਯਾਨੀ ਕਮ ਵਿਦ ਏ ਪੇਰੈਂਟ ਔਰ ਏ ਲੀਗਲ ਗਾਰਡੀਅਨ ਔਰ ਹੈਵ ਏ ਕਸਟੋਡੀਅਨ ਇਨ ਕੈਨੇਡਾ, ਯਾਨੀ ਕਿ ਤੁਹਾਨੂੰ ਇੱਕ ਗਾਰਡੀਅਨ ਚਾਹੀਦਾ ਕੈਨੇਡਾ ਦੇ ਵਿੱਚ ਜੋ ਤੁਹਾਡੇ ਬੱਚੇ ਦੀ ਦੇਖਭਾਲ ਕਰ ਸਕੇ, ਜਾਂ ਇੱਕ ਬੱਚਾ ਇੱਕ ਪੇਰੈਂਟ ਤੁਹਾਡੇ ਨਾਲ ਜਾ ਸਕਦਾ। ਦੂਸਰੀ ਆਹ ਚੀਜ਼ ਹੈ ਕਿ ਤੁਹਾਨੂੰ ਇਹਨਾਂ ਨੂੰ ਵੀਜ਼ਾ ਮਿਲੇਗਾ 1 ਤੋਂ 8 ਕਲਾਸ ਤੱਕ ਦਾ, ਯਾਨੀ ਕਿ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਉੱਥੇ ਜਾ ਸਕਦੇ, ਬਾਅਦ 'ਚ ਪਲੱਸ ਟੂ ਤੱਕ ਉੱਥੇ ਪੜ੍ਹ ਸਕਦੇ ਆ। ਯਾਨੀ ਇਸ ਚੀਜ਼ 'ਚ ਕੋਈ ਜੋ ਚੀਜ਼ ਇਸ ਵੈਬਸਾਈਟ 'ਤੇ ਲਿਖੀ ਹੈ ਇਹਦੇ 'ਚ ਕੋਈ ਚੀਜ਼ ਝੂਠ ਨਹੀਂ ਲਿਖੀ, ਤੁਸੀਂ ਇਸ ਤਰੀਕੇ ਦੇ ਨਾਲ ਜਾ ਸਕਦੇ ਹੋ, ਪਰ ਇਹਦੇ 'ਚ ਤੁਸੀਂ ਗੌਰ ਕਰਕੇ ਵੇਖਿਓ ਤੁਹਾਨੂੰ ਪੂਰਾ ਤੁਹਾਨੂੰ ਆਹ ਚੀਜ਼ ਕਿਤੇ ਨਹੀਂ ਲਿਖੀ ਹੋਏਗੀ ਕਿ ਜੀ ਤੁਸੀਂ ਉੱਥੇ ਜਾ ਕੇ ਕੰਮ ਕਰ ਸਕਦੇ ਹੋ, ਨਹੀਂ ਆਹ ਚੀਜ਼ ਕਿਤੇ ਨਹੀਂ ਲਿਖੀ। ਆ ਵੇਖੋ ਜਾਂ ਤਾਂ ਸਟੱਡੀ ਵੀਜ਼ਾ ਚਾਹੀਦਾ, ਕੁਛ ਬੱਚਿਆਂ ਨੂੰ ਨਹੀਂ ਚਾਹੀਦਾ। ਕਿਹਨਾਂ ਨੂੰ ਨਹੀਂ ਚਾਹੀਦਾ ਜੀ? ਜੋ ਕਿੰਡਰਗਾਰਟਨ ਦੇ ਵਿੱਚ ਨੇ, ਜਿਨ੍ਹਾਂ ਦੇ ਰਿਫਿਊਜ਼ੀ ਨੇ ਜਾਂ ਉਹਨਾਂ ਨੇ ਰਿਫਿਊਜ਼ੀ ਦਾ ਇੱਕ ਕੇਸ ਕੀਤਾ, ਜੋ ਆਲਰੇਡੀ ਕੈਨੇਡਾ ਦੇ ਵਿੱਚ ਨੇ, ਜਿਨ੍ਹਾਂ ਦੇ ਪੇਰੈਂਟਸ ਜਿਹੜੇ ਨੇ ਉਹ ਜੀ ਉੱਥੇ ਕੰਮ ਕਰ ਰਹੇ ਨੇ, ਅਤੇ ਜਿਹੜੇ ਬੱਚੇ ਨੇ ਜਾ ਕੇ ਮਤਲਬ ਕਿੰਡਰਗਾਰਟਨ ਬਾਅਦ 'ਚ ਪ੍ਰਾਈਮਰੀ ਅਤੇ ਸੈਕੰਡਰੀ ਸਕੂਲ ਨੂੰ ਅਟੈਂਡ ਕਰਨਾ। ਅਤੇ ਪਹਿਲੀ ਗੱਲ ਹੈ ਤਾਂ ਜੀ ਆਪਾਂ ਤਾਂ ਇੰਡੀਆ 'ਚ ਹਾਂ, ਅਸੀਂ ਤਾਂ ਉੱਥੇ ਕੈਨੇਡਾ 'ਚ ਕੰਮ ਨਹੀਂ ਕਰ ਰਹੇ, ਅਤੇ ਸਾਨੂੰ ਉੱਥੇ ਟੂਰਿਸਟ ਵੀਜ਼ਾ ਮਿਲੇਗਾ। ਟੂਰਿਸਟ ਵੀਜ਼ਾ ਹਾਂਜੀ, ਉਹਨਾਂ ਦਾ ਕਸਟੋਡੀਅਨ ਵੀਜ਼ਾ ਜਿਹਨੂੰ ਆਪਾਂ ਕਹਿ ਦਾਂਗੇ ਇੱਕ ਨਵੀਂ ਲੈਂਗੁਏਜ ਦੇ ਵਿੱਚ, ਜੋ ਮੈਂ ਕਹਿ ਰਿਹਾ ਹਾਂ, ਹੋ ਸਕਦਾ ਕਿ ਕੋਈ ਏਜੰਟ ਵੀ ਇਸ ਚੀਜ਼ ਨੂੰ ਕਹਿੰਦਾ ਹੈ, ਬਟ ਆਏ ਕਿ ਇਸ ਚੀਜ਼ ਦੇ ਵਿੱਚ ਕਿਤੇ ਵੀ ਕੁਛ ਵੀ ਇਹੋ ਜਿਹਾ ਨਹੀਂ ਲਿਖਿਆ ਕਿ ਜਿਸ 'ਚ ਤੁਸੀਂ ਇੱਕ ਕਾਊਂਟ ਕਰ ਸਕੋ ਕਿ ਜੀ ਸਾਡੇ ਅਸੀਂ ਦੋਵੇਂ ਮਾਤਾ ਪਿਤਾ ਨਾਲ ਜਾਵਾਂਗੇ, ਉੱਥੇ ਜਾ ਕੇ ਅਸੀਂ ਕਿਸੇ ਤਰੀਕੇ ਦੇ ਨਾਲ ਕੰਮ ਕਰ ਸਕਦੇ ਹਾਂ, ਇਹੋ ਜਿਹੀ ਕੋਈ ਕੰਡੀਸ਼ਨ, ਕੋਈ ਇਹਨਾਂ ਨੇ ਸਪੈਸ਼ਲ ਰਿਕੁਆਇਰਮੈਂਟ ਜਾਂ ਕੋਈ ਵੀ ਇਹਨਾਂ ਨੇ ਐਗਜ਼ੈਂਪਸ਼ਨ ਕੁਛ ਨਹੀਂ ਲਿਖਿਆ। ਤੁਸੀਂ ਪਲੀਜ਼ ਆ ਵੈਬਸਾਈਟ ਨੂੰ ਚੈੱਕ ਕਰੋ, ਇਸ ਵੈਬਸਾਈਟ ਨੂੰ ਚੈੱਕ ਕਰਕੇ
ਤੇ ਤੁਸੀਂ ਆਪਣੇ ਜੋ ਵੀ ਤੁਹਾਡੇ ਡਾਊਟ ਹੈਗੇ ਜੀ ਇਨ ਕੇਸ ਜੋ ਤੁਸੀਂ ਸੋਚ ਰਹੇ ਹੋ ਕਿ ਆਪਾਂ ਕੈਨੇਡਾ ਦਾ ਵੀਜ਼ਾ ਲਵਾਉਣਾ ਉਹ ਵੀ ਸਕੂਲਿੰਗ ਵੀਜ਼ਾ ਤੇ ਪਲੀਜ਼ ਉਹਨਾਂ ਨੂੰ ਆਪਣੇ ਏਜੰਟ ਨੂੰ ਇੱਕ ਵਾਰੀ ਜ਼ਰੂਰ ਉਹਨਾਂ ਨਾਲ ਗੱਲ ਕਰੋ ਕਿ ਜੀ ਆਹ ਚੀਜ਼ ਆ ਅਤੇ ਤੁਸੀਂ ਹੁਣ ਦੱਸੋ ਕਿ ਆਪਾਂ ਇਸ ਚੀਜ਼ ਦੇ ਵਿੱਚ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹਾਂ ਕਿਸ ਤਰ੍ਹਾਂ ਬਾਹਰ ਜਾ ਸਕਦੇ ਹਾਂ। ਬਾਕੀ ਜੇ ਤੁਹਾਨੂੰ ਮੇਰੀ ਵੀਡੀਓ ਠੀਕ ਲੱਗੀ ਹੈ ਅਤੇ ਤੁਸੀਂ ਕੁਛ ਨਵੀਂ ਚੀਜ਼ ਮੈਂ ਤੁਹਾਨੂੰ ਦੱਸ ਪਾਏ ਹਾਂ ਤੁਸੀਂ ਕੁਛ ਸਿੱਖ ਪਾਏ ਹੋ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰੋ, ਮੇਰੀ ਵੀਡੀਓ ਨੂੰ ਲਾਈਕ ਕਰੋ ਕਿ ਇਹ ਵੀਡੀਓ ਬਾਕੀ ਵੀਰਾਂ ਤੱਕ ਇਸ ਚੀਜ਼ ਦੀ ਅਵੇਅਰਨੈਸ ਹੋ ਸਕੇਗੀ। ਸਕੂਲਿੰਗ ਵੀਜ਼ਾ ਕੋਈ ਵੀਜ਼ਾ ਨਹੀਂ ਹੁੰਦਾ, ਮਾਈਨਰ ਵੀਜ਼ਾ ਜ਼ਰੂਰ ਹੈ। ਏਜੰਟ ਨੂੰ ਸਹੀ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਅਤੇ ਜੇ ਇਨ ਕੇਸ ਜੇ ਅਸੀਂ ਵੀ ਏਜੰਟ ਕੋਲ ਜਾ ਰਹੇ ਹਾਂ ਤਾਂ ਸਾਨੂੰ ਵੀ ਇੱਕ ਅੱਛੇ ਟਰਮ ਯਾਨੀ ਕਿ ਇੱਕ ਸਹੀ ਟਰਮ ਦੀ ਨੌਲੇਜ ਹੋਏਗੀ ਜੇ ਆਪਾਂ ਉਹਨਾਂ ਕੋਲ ਪੁੱਛ ਕੀ ਰਹੇ ਹਾਂ। ਲਾਰਿਆਂ 'ਚ ਨਾ ਆਇਓ, ਝੂਠ 'ਚ ਨਾ ਆਇਓ, ਤੁਸੀਂ ਆਹ ਵੀਜ਼ਾ ਜੋ ਹੈ ਮਾਈਨਰ ਵੀਜ਼ਾ ਸਿੱਧੇ ਕੈਨੇਡਾ ਤੋਂ ਵੀ ਅਪਲਾਈ ਕਰ ਸਕਦੇ ਹੋ, ਔਨਲਾਈਨ ਅਪਲਾਈ ਕਰ ਸਕਦੇ ਹੋ ਅਤੇ ਤੁਸੀਂ ਕੋਸ਼ਿਸ਼ ਕਰੋ ਕਿ ਏਜੰਟ ਨੂੰ ਵਿੱਚ ਨਾ ਹੀ ਪਾਓ ਕਿਉਂਕਿ ਚੈੱਕ ਲਿਸਟ ਦਾ ਬਹੁਤ ਕਹਿੰਦੇ, ਚੈੱਕ ਲਿਸਟ ਕਹਿੰਦੇ ਜੀ ਆਪਾਂ ਤੁਸੀਂ ਪੈਸੇ ਜਮ੍ਹਾਂ ਕਰਾਓ ਆਪਾਂ ਚੈੱਕ ਲਿਸਟ ਦੇਵਾਂਗੇ, ਚੈੱਕ ਲਿਸਟ ਤੁਹਾਨੂੰ ਇੱਥੋਂ VFS ਆਫਿਸ ਤੋਂ ਮਿਲ ਜਾਏਗੀ ਜੋ ਵੀ ਇਹ ਕੈਨੇਡਾ ਨੂੰ ਰੀਪ੍ਰਜੈਂਟ ਕਰਦੇ ਆ ਅਤੇ ਉਹ ਚੀਜ਼ ਇੰਨੇ ਮਾਇਨੇ ਨਹੀਂ ਰੱਖਦੀ। ਬਾਕੀ ਕੋਈ ਨਹੀਂ, ਨੈਕਸਟ ਨੈਕਸਟ ਵੀਡੀਓ ਦੇ ਵਿੱਚ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਕਵਰ ਕਰਨ ਦੀ ਕਿ ਆਪਾਂ ਟੂਰਿਸਟ ਵੀਜ਼ਾ ਨੂੰ ਵਰਕਿੰਗ ਵੀਜ਼ਾ ਦੇ ਵਿੱਚ ਕਿਸ ਤਰ੍ਹਾਂ ਕਨਵਰਟ ਕਰ ਸਕਦੇ ਹਾਂ। ਇਸ ਵੀਡੀਓ ਤੋਂ ਇਲਾਵਾ ਕਿ ਸਕੂਲਿੰਗ ਵੀਜ਼ਾ ਦੀ ਮੈਂ ਗੱਲ ਨਹੀਂ ਕਰ ਰਿਹਾ, ਮੈਂ ਇੱਕ ਅਲੱਗ ਤਰੀਕੇ ਦੀ ਗੱਲ ਕਰ ਰਿਹਾ ਜੀ, ਆਪਾਂ ਟੂਰਿਸਟ ਵੀਜ਼ਾ ਨੂੰ ਕੈਨੇਡਾ ਦਾ ਕੈਨੇਡਾ ਵਰਕ ਪਰਮਿਟ ਦੇ ਵਿੱਚ ਕਿਸ ਤਰ੍ਹਾਂ ਚੇਂਜ ਕਰ ਸਕਦੇ ਹਾਂ। ਬਾਕੀ ਉਦੋਂ ਤੱਕ ਤੁਸੀਂ ਮੈਨੂੰ ਇਜਾਜ਼ਤ ਦਿਓ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਮੇਰੀ ਵੀਡੀਓ ਨੂੰ ਦੇਖੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।